ਅਸੀਂ ਹੁਣ ਦਸਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਹਾਂ, ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਹੀ ਰਸਤੇ ਤੋਂ ਭਟਕ ਰਹੀ ਹੈ, ਉਸ ਨੂੰ ਆਪ ਦੀ ਮਿਹਰ ਦੀ ਨਜ਼ਰ ਨਾਲ ਸਿੱਧੇ ਰਸਤੇ ਪਾਓ। ਇਹਨਾਂ ਲਾਈਨਾਂ ਦਾ ਵਰਣਨ ਬੀਬੀ ਕਰਨਦੀਪ ਕੌਰ ਸੋਈਆਂ ਅਤੇ ਬੀਬੀ ਜਸਪ੍ਰੀਤ ਕੌਰ ਜੋਗੀ ਮਾਇਰਾ ਦਾ ਕਵਿਸਰੀ ਜਥਾ ਇਉਂ ਬਿਆਨ ਕਰਦਾ ਹੈ। ਤੁਸੀਂ ਜਿਸ ਖਾਲਸੇ ਲਈ ਪਾਤਸ਼ਾਹ ਚਾਰ ਪੁੱਤਰ ਸੀ ਵਾਰੇ, ਉਹ ਬਾਜ ਨੂੰ ਭੁੱਲ ਗਏ ਨੇ, ਭੁੱਲ ਗਏ ਕਲਗੀ ਦੇ ਚਮਕਾਰੇ, ਨੀਲੇ ਦੇ ਪਹਾੜਾਂ ਨੂੰ, ਨੀਲੇ ਦੇ ਪਹਾੜਾਂ ਨੂੰ ਹੁਣ ਨੇ ਫਿਰ ਦੇ ਦਿਲੋਂ ਭੁਲਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ। ਕੇਸਗੜ੍ਹ ਦੀ ਧਰਤੀ ਤੇ ਜਦ ਸੀ ਖਾਲਸਾ ਪੰਥ ਸਜਾਇਆ, ਸੁੰਦਰ ਦਸਤਾਰਾਂ ਨੂੰ ਇਹਦੇ ਸਿਰ ਦੇ ਉੱਤੇ ਸਜਾਇਆ, ਖੁਦ ਲਾ ਕੇ ਪੱਗਾਂ ਨੂੰ, ਖੁਦ ਲਾ ਕੇ ਪੱਗਾਂ ਨੂੰ ਇਹ ਤਾਂ ਫਿਰਦੇ ਨੇ ਟੋਪੀ ਪਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ। ਪੁਰਜਾ ਪੁਰਜਾ ਕੱਟ ਮਰ ਗਏ, ਪਰ ਨਾ ਦਾਗ ਧਰਮ ਨੂੰ ਲਾਇਆ, ਤੇਰੇ ਸਿੰਘ ਸੂਰਮਿਆਂ ਨੇ ਨਾਸੀ ਪੱਗ ਨੂੰ ਹੱਥ ਲਵਾਇਆ, ਪਰ ਅੱਜ ਦੇ ਸਿੰਘ ਤੇਰੇ, ਪਰ ਅੱਜ ਦੇ ਸਿੰਘ ਤੇਰੇ ਦੇਖ ਕੇ ਫਿਰਦੇ ਨੇ ਸ਼ਕਲ ਬਣਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ। ਕੀਮਤ ਕੇਸਾਂ ਪੱਗਾਂ ਦੀ ਦੇਖ ਲੈ ਫਿਰਦੇ ਨੇ ਮਨ ਚੋਂ ਭੁੱਲੇ, ਦਿਨ ਚਿੱਟੇ ਦਾ ਤਾਂ ਜੀ ਇੱਥੇ ਜ਼ੁਲਮ ਦੇ ਚੱਕਰ ਚੁੱਲੇ, ਇਹ ਸਿੱਖੀਆਂ ਤੜਕ ਗਏ ਨੇ, ਇਹ ਸਿੱਖੀਆਂ ਤੜਕ ਗਏ ਨੇ ਫਿਰਦੇ ਕੰਨਾਂ ਚ ਮਰਕੀਆਂ ਪਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ। ਹੁਣ ਫੇਰ ਪਾਤਸ਼ਾਹ ਜੀ ਤੁਸੀਂ ਦੁਨੀਆਂ ਉੱਤੇ ਆਓ, ਇਸ ਭਟਕੀ ਜਨਤਾ ਨੂੰ ਆ ਕੇ ਸਿੱਧੇ ਰਸਤੇ ਪਾਓ, ਅੱਜ ਕਲਮ ਕਿਰਨ ਦੀ ਹੈ, ਅੱਜ ਕਲਮ ਕਿਰਨ ਦੀ ਹੈ, ਦਾਤਾ ਤੇਰੇ ਦਰ ਕਰ ਲਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ, ਤੇਰੇ ਅੱਜ ਦੇ ਪੁੱਤਰ ਤਾਂ ਪਾਤਸ਼ਾਹ ਫਿਰਦੇ ਨੇ ਕੇਸ ਕਟਾਈ।